ठाकुर तुम पै अरदास, जियो पिंड साब तेरी रास। तुम मात पिता हम बारक तेरे, तुमरी कृपा मैं सु कोई ना जाने। तुमरा अंत उचे ते ऊचा भगवंत, सगल समगरी तुमरे तुम ते हो सो। तुमरी गात मेत तुम ही नानक दास, तुमरी गात मेत नानक दास। बोलो जी वाहिगुरु। एक ओंकार वाहिगुरु जी की फतेह। श्री भगवती जी सहाय। वार श्री भगवती जी की पातशाही दसवीं। प्रथम भगवती सिमर कै गुरु नानक लई त्याई। फिर अंगद गुर ते अमरदास रामदास हुई सहाय। अर्जन हर गोबिंदनो सिमरों श्री हर राय। श्री हर कृष्ण त्याई है जिस डिठै सब दुख जाए। तेग बहादुर सिमरै घर नौ निधावे ताई, सब थाई हुए सहाय। दसवां पातशाह श्री गुरु गोबिंद सिंह साहब जी सब थाई हुए सहाय। दसां पातशाहियां दी जोत श्री गुरु ग्रंथ साहब जी दे पाठ। दीदार दा ध्यान धर के बोलो जी। पंजां प्यारियां चौहां साहिबजादियां चालियां मुक्तियां, हठियां जपियां तपियां, जिन्हां नाम जपिया वंड छकिया, देग चलाई तेग वाई देख के अणडिठ कीता। तिन्हां प्यारियां सच्यारियां दी कमाई दा ध्यान धर के खालसा जी बोलो जी। जिन्हां सिंघां सिंघणियां धर्म हित सीस दिते, बंद बंद कटाए, खोपरियां लोहाइयां चरखियां ते चढ़े, आरियां नाल चराए गए, गुरद्वारियां दी सेवा लई कुर्बानियां कीतियां, धर्म नहीं हारिया, सिखी केसां सवासां नाल निभाई, तिन्हां दी कमाई दा ध्यान धर के खालसा जी बोलो जी। पंजां तख्तां सरबत गुरद्वारियां दा ध्यान धर के बोलो जी। प्रथमै सरबत खालसा जी की अरदास है जी। सरबत खालसा जी को वाहिगुरु 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 चेतावै। चेतावन का सदका सर्ब सुख होवै। जहां जहां खालसा जी साहिब तहां तहां रशिया रियायत। देग तेग फतेह बिरद की पैज, पंथ की जीत श्री साहिब जी सहाय। खालसे जी के बोल बाले बोलो जी। सिखां नूं सिखी दान, केस दान, रहत दान, विवेक दान, विसा दान, भरोसा दान, दाना सिरदान, नाम दान, श्री अमृत सरदे इशनान, चौंकियां झंडे बुंगे, जुगो जुग अटल धर्म का जयकार बोलो जी। सिखां दा मन नीवां, मत उची, मत दा रख आप वाहिगुरु। हे अकाल पुरख अपने पंथ दे सदा सहाई दा तार जियो। श्री ननकाणा साहिब अते होर गुरद्वारियां गुरधामां दे जिन्हां तों पंथ नूं विछोड़िया गया है, खुले दर्शन दीदार, सेवा संभाल दा दान खालसा जी नूं बख्शो। हे नमाणियां दे माण,
ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ। ਧੰਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ, ਆਪ ਜੀ ਦੇ ਪਾਵਨ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਜੁਗੋ ਜੁਗ ਅਟਲ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਹਜ਼ੂਰ ਬਾਰਾਂ ਮਾਹ ਬਾਣੀ ਦਾ ਪਾਠ, ਸੁਖਮਣੀ ਸਾਹਿਬ ਦਾ ਪਾਠ, ਨਿਤਨੇਮ ਦੀਆਂ ਬਾਣੀਆਂ, ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਚੌਪਈ, ਆਨੰਦ ਸਾਹਿਬ ਦੇ ਪਾਠ ਜੀ ਦੀ ਅਰਦਾਸ, ਭੁੱਲ ਚੁੱਕ ਮਾਫ ਕਰਨੀ, ਗੁਰਬਾਣੀ ਦਾ ਭਾਵ ਸਮੂਹ ਸੰਗਤ ਦੇ ਹਿਰਦਿਆਂ ਵਿੱਚ ਵਸਾਉਣਾ। ਅੱਜ ਚੇਤ ਦਾ ਮਹੀਨਾ ਆਰੰਭ ਹੋਇਆ ਹੈ। ਨਾਨਕ ਸ਼ਾਹੀ ਸੰਮਤ 551 ਆਰੰਭ ਹੋਇਆ ਹੈ। ਸਤਿਗੁਰੂ ਜੀ ਕਿਰਪਾ ਕਰਨੀ, ਆਰੰਭ ਹੋਇਆ ਚੇਤ ਦਾ ਮਹੀਨਾ ਅਤੇ ਨਵਾਂ ਸਾਲ ਨਾਨਕ ਸ਼ਾਹੀ ਸੰਮਤ 551। ਸਮੂਹ ਸੰਗਤਾਂ ਨੂੰ ਨਾਮ ਜਪਦਿਆਂ, ਸੇਵਾ ਸਿਮਰਨ ਕਰਦਿਆਂ, ਆਪ ਜੀ ਦੇ ਦਰ ਦੀ ਹਾਜ਼ਰੀ ਭਰਦਿਆਂ ਆਪ ਜੀ ਦੇ ਭਾਣੇ ਅੰਦਰ ਸੁੱਖ ਸ਼ਾਂਤੀ ਨਾਲ ਬਤੀਤ ਹੋਵੇ। ਸਮੂਹ ਸੰਗਤ ਦੀਆਂ ਹਾਜ਼ਰੀਆਂ ਸੇਵਾਵਾਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਆਪਣੇ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਣਾ, ਸਰਬੱਤ ਦੇ ਕਾਰਜ ਰਾਸ ਕਰਨੇ, ਸਰਬੱਤ ਦੀਆਂ ਅਰਦਾਸਾਂ ਬੇਨਤੀਆਂ ਦਰ ਪ੍ਰਵਾਨ ਕਰਨੀਆਂ, ਸਰਬੱਤ ਦੇ ਘਰ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਪ੍ਰਦਾਨ ਕਰਨੀ, ਸਰਬੱਤ ਨੂੰ ਤੰਦਰੁਸਤੀ ਦੀਆਂ ਦਾਤਾਂ ਬਖਸ਼ ਕੇ ਆਪਣੇ ਚਰਨਾਂ ਕਵਲਾਂ ਦੇ ਆਗਿਆਕਾਰੀ ਸੇਵਕ ਬਣਾਈ ਰੱਖਣਾ ਜੀ। ਆਪਣੇ ਦਰ ਦੀ ਹਾਜ਼ਰੀ ਭਰਨ ਦਾ ਬਲ ਉਤਸ਼ਾਹ ਬਖਸ਼ਿਸ਼ ਕਰਨਾ। ਸਤਿਗੁਰੂ ਜੀ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਜੀ ਸ਼ਕੇ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਜਪੇ, ਪਾਵਨ ਹੁਕਮਨਾਮਾ ਬਖਸ਼ ਕੇ ਸਰਬੱਤ ਸੰਗਤ ਨੂੰ ਨਿਹਾਲ ਕਰੋ। ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹਿ ਨਾ ਖੁਆਰ ਹੋਏ ਸਭ ਮਿਲਣਗੇ, ਬਚੇ ਸ਼ਰਨ ਜੋ ਠੀਕਰ ਫੋਰ ਦਲੀਸ ਸਿਰ, ਪ੍ਰਭ ਪੁਰ ਕੀਆ ਤੇਗ ਬਹਾਦਰ ਸੀ ਕਿਰਿਆ, ਕਰੀ ਨ ਕਿਨਹੂ ਤੇਗ ਬਹਾਦਰ ਕੇ ਚਲਤ, ਭਇਓ ਜਗਤ ਕੋ ਹੈ 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 ਸਭ ਜਗ ਭਇਓ। ਜੈ 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 ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਜੀ। ਰੈਨ ਦਿਨ ਸਪਰਭਾਤ ਤੂੰ ਹੈ ਹੀ ਗਾਵਣਾ, ਜੀ ਜੰਤ ਸਰਬਤ ਨਾਉ ਤੇਰਾ ਧਿਆਵਨਾ। ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਭਗਤ ਜਨਾ ਕੈ ਸੰਗ ਪਾਪ ਗਵਾਵਣਾ। ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ, ਜਨ ਨਾਨਕ ਸਦ ਬਲਿਹਾਰੈ ਬਲ ਬਲ ਜਾਵਣਾ। ਸੋ ਕਹੋ ਟਲ ਗੁਰ ਸੇਵੀ ਹੈ ਐਨਸ ਸਹਿਜ ਸੁਪਾਈ, ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ। ਹੋਵੇ ਸਿਫਤ ਖਸਮ ਦੀ ਨੂਰ ਅਰਸ਼ੋ ਕੁਰਸੋ ਝਟੀਐ, ਤੁਧ ਡਿਠੈ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਸਤਨਾਮ ਵਾਹਿਗੁਰੂ ਜੀ ਧਨਾਸਰੀ ਮਹੱਲਾ ਤੀਜਾ। ਕਾਚਾ ਧਨ ਸੰਚੈ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਾਵਾਰ। ਵਿਖਿਆ ਕੈ ਧਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਕਾਚਾ ਧਨ ਸੰਚੈ ਮੂਰਖ ਗਾਵਾਰ, ਮਨਮੁਖ ਭੂਲੇ ਅੰਧ ਗਾਵਾਰ। ਵਿਖਿਆ ਕੈ ਧਨ ਸਦਾ ਦੁਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਫੁਨ ਆਵੇ ਜਾਏ ਰਹਾਉ। ਮਨਮੁਖ ਭੂਲੇ ਸਭ ਮਰੈ ਗਵਾਰ, ਭਵਜਲ ਡੂਬੇ ਨਾ ਉਰਵਾਰ ਨ ਪਾਰ। ਸਤਿਗੁਰ ਭੇਟੇ ਪੂਰੇ ਭਾਗ, ਸਾਚ ਰਤੇ ਐਨਸ ਬੈਰਾਗ। ਚੌਂ ਯੁਗ ਮੈਂ ਅੰਮ੍ਰਿਤ ਸਾਚੀ ਬਾਣੀ, ਪੂਰੇ ਭਾਗ ਹਰ ਨਾਮ ਸਮਾਣੀ। ਸਿੱਧ ਸਾਧਕ ਤਰਸੈ ਸਭ ਲੋਏ, ਪੂਰੇ ਭਾਗ ਪ੍ਰਾਪਤ ਹੋਏ। ਸਭ ਕਿਛ ਸਾਚਾ ਸਾਚਾ ਹੈ ਸੋਏ, ਊਤਮ ਬ੍ਰਹਮ ਪਛਾਣੈ ਕੋਏ। ਸੱਚ ਸਾਚਾ ਸੱਚ ਆਪ ਦਿਰੜਾਏ, ਨਾਨਕ ਆਪੇ ਵੇਖੈ ਆਪੇ ਸੱਚ ਲਾਏ। ਸਭ ਕਿਛ ਸਾਚਾ ਸਾਚਾ ਹੈ ਸੋਏ, ਊਤਮ ਬ੍ਰਹਮ ਪਛਾਣੈ ਕੋਏ। ਸੱਚ ਸਾਚਾ ਸੱਚ ਆਪ ਦਿਰੜਾਏ, ਨਾਨਕ ਆਪੇ ਵੇਖੈ ਆਪੇ ਸੱਚ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਵਾਹਿਗੁਰੂ ਸਾਹਿਬ ਜੀ। ਬਾਰਾਂ ਮਾਹ ਮਾਝ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਚਾਰ ਕੁੰਟ ਦਹਿ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ। ਧਿਨ ਦੁਧੈ ਤੇ ਬਾਹਰੀ ਕਿਤੇ ਨਾ ਆਵੈ ਕਾਮ। ਜਲ ਬਿਨ ਸਾਖ ਕੁਮਲਾਵਤੀ ਉਪਜੈ ਨਾਹੀ ਦਾਮ। ਹਰ ਨਹਾ ਨ ਮਿਲੀਐ ਸਾਜਨੈ ਕਤ ਪਾਈਐ ਬਿਸ਼ਰਾਮ। ਜਿਤ ਘਰ ਹਰ ਕੰਤ ਨਾ ਪ੍ਰਗਟਈ ਭੱਠ ਨਗਰ ਸੇ ਗ੍ਰਾਮ। ਸਰਬ ਸ਼ਿੰਗਾਰ ਤੰਬੋਲ ਰਸ ਸਣ ਦੇਹੀ ਸਭ ਖਾਮ। ਪ੍ਰਭ ਸਵਾਮੀ ਕੰਤ ਵਿਹੂਣੀਆ ਮੀਤ ਸੱਜਣ ਸਭ ਜਾਮ। ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀ ਜੈ ਨਾਮ। ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨੇਚਲ ਧਾਮ। ਚੇਤ ਗੋਵਿੰਦ ਆਰਾਧੀਐ ਹੋਵੈ ਆਨੰਦ ਘਣਾ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਭਣਾ। ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ। ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ। ਜਲ ਥਲ ਮਹੀ ਅਲ ਪੂਰਿਆ ਰਵਿਆ ਵਿੱਚ ਵਣਾ। ਸੋ ਪ੍ਰਭ ਚਿਤ ਨਾ ਆਵਈ ਕਿਤੜਾ ਦੁੱਖ ਗਣਾ। ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ। ਹਰ ਦਰਸ਼ਨ ਕਉ ਮਨ ਲੋਚਦਾ ਨਾਨਕ ਪਿਆਸ ਮਨਾ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ, ਜਿੱਥੇ ਅੱਜ ਚੇਤ ਦਾ ਮਹੀਨਾ ਆਰੰਭ ਹੋਇਆ ਹੈ, ਹਰ ਮਹੀਨੇ ਦੀ ਆਰੰਭਤਾ ਵਾਂਗ ਆਪਾਂ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰ ਰਹੇ ਹਾਂ। ਉੱਥੇ ਨਾਲ ਨਾਲ ਅੱਜ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਾਨਕਸ਼ਾਹੀ ਸੰਮਤ 551 ਆਰੰਭ ਹੋਇਆ ਹੈ। ਸਤਿਗੁਰੂ ਜੀ ਕਿਰਪਾ ਕਰਨ, ਨਾਮ ਜਪਦਿਆਂ ਸੇਵਾ ਸਿਮਰਨ ਕਰਦਿਆਂ ਪਾਵਨ ਦਰ ਦੀ ਹਾਜ਼ਰੀ ਭਰਦਿਆਂ ਸੁੱਖ ਸ਼ਾਂਤੀ ਨਾਲ ਬਤੀਤ ਹੋਵੇ। ਨਵਾਂ ਸਾਲ ਸੰਮਤ
51 ਜੋ ਆਰੰਭ ਹੋਇਆ ਹੈ ਇਸ ਦੀ ਆਪ ਸਮੂਹ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ। ਸਤਿਗੁਰੂ ਜੀ ਸਰਬੱਤ ਦੀਆਂ ਹਾਜ਼ਰੀਆਂ ਸੇਵਾਵਾਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨ। ਗੁਰੂ ਘਰ ਦੇ ਕੀਰਤਨੀਏ ਭਾਈ ਸੁਰਜੀਤ ਸਿੰਘ ਜੀ ਰਸੀਲਾ ਗੁਰੂ ਦਰਬਾਰ ਵਿੱਚ ਸੁਭਾਏ ਮਾਣ ਹਨ। ਆਓ ਰੱਬੀ ਬਾਣੀ ਆਸਾ ਦੀ ਵਾਰ ਦਾ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।